ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਲੈਸ ਟਾਕ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਮੈਂ ਹਾਂ ਤੁਹਾਡੀ ਹੋਸਟ ਇੰਦਰਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗਿਆਨੀ ਜਸਬੀਰ ਸਿੰਘ ਜੀ ਭਗਤ ਰਵਿਦਾਸ ਜੀ ਬਾਰੇ ਜਾਣਕਾਰੀ ਦੇ ਰਹੇ ਹਨ। ਭਗਤ ਰਵਿਦਾਸ ਜੀ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਊਚ ਨੀਚ ਵਿੱਚੋਂ ਕੱਢਿਆ ਹੈ, ਆਓ ਉਹਨਾਂ ਦੇ ਵਿਚਾਰ ਸੁਣੀਏ। ਗਿਆਨੀ ਜਸਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਗਤ ਰਵਿਦਾਸ ਜੀ ਦੀ, ਜਿਨ੍ਹਾਂ ਦੀ ਅਸੀਂ ਲੜੀਵਾਰ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਹੋਈ ਹੈ, ਉਸ ਦਾ ਆਸਾ ਰਾਗ ਦਾ ਜੋ ਦੂਜਾ ਸ਼ਬਦ ਹੈ, ਇਸ ਸ਼ਬਦ ਵਿੱਚ ਭਗਤ ਜੀ ਜੋ ਬਖਸ਼ਿਸ਼ ਕਰ ਰਹੇ ਹਨ ਉਹ ਆਪ ਦੇ ਨਾਲ ਸਾਂਝੀਆਂ ਕਰਨ ਲੱਗੇ ਹਾਂ। ਇਸ ਸ਼ਬਦ ਦਾ ਮੂਲ ਪਾਠ ਜਿਹੜਾ ਹੈ, ਆਪ ਪਹਿਲਾਂ ਇਹ ਸ਼ਰਵਣ ਕਰੋ। ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰੂ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਉ। ਸੰਤ ਆਚਰਨ, ਸੰਤ ਚੋ ਮਾਰਗ, ਸੰਤ ਚੋਲਗਣੇ, ਔਰਿਕ ਮਾਂਗੋ ਭਗਤ ਚਿੰਤਾ ਮਨ, ਜਨੀ ਲਖਾਵੋ ਆਸੰਤ ਪਾਪੀ ਸਨ। ਰਵਿਦਾਸ ਭਨੈ ਜੋ ਜਾਣੈ ਸੋ ਜਾਣ, ਸੰਤ ਅਨੰਤੈ ਅੰਤਰ ਨਾਹੀ। ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਫੁਰਮਾਉਂਦੇ ਹਨ, ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ। ਕਿ ਹੇ ਦੇਵਾਂ ਦੇ ਦੇਵ, ਪਰਮ ਸ੍ਰੇਸ਼ਟ ਦੇਵ, ਅਕਾਲ ਪੁਰਖ। ਇੱਥੇ ਦੇਵ ਸ਼ਬਦ ਸਧਾਰਨ ਪ੍ਰਚਲਿਤ ਅਰਥਾਂ ਵਿੱਚ ਜੋ ਦੇਵ ਸ਼ਬਦ ਦਾ ਅਰਥ ਹੈ ਉਸ ਅਰਥ ਵਿੱਚ ਨਹੀਂ, ਅਤੇ ਨਾ ਹੀ ਦੇਵਾ ਦੇਵ ਪੁਰਾਣਾਂ ਅਨੁਸਾਰ ਦੇਵਤਿਆਂ ਦਾ ਜੋ ਮੁਖੀ ਦੇਵਤਾ ਇੰਦਰ ਹੈ ਉਸ ਤੋਂ ਹੈ। ਇੱਥੇ ਸ਼ਬਦ ਵਾਹਿਗੁਰੂ ਜੀ ਲਈ, ਆਕਾਰ ਪੁਰਖ ਲਈ ਵਰਤਿਆ ਗਿਆ ਹੈ ਕਿ ਇਹ ਦੇਵਾਂ ਦੇ ਦੇਵ ਅਕਾਲ ਪੁਰਖ ਪ੍ਰਭੂ ਜੀਓ, ਮੈਨੂੰ ਸੰਤਾਂ ਦੀ ਸੰਗਤ ਬਖਸ਼ਿਸ਼ ਕਰੋ। ਸੰਤ ਚੀ ਸੰਗਤ, ਚੀ ਦਾ ਅਰਥ ਹੈ ਦੀ, ਸੰਤ ਚੀ ਸੰਗਤ, ਸੰਤਾਂ ਦੀ ਸੰਗਤ। ਸੰਤ ਕਥਾ ਰਸ, ਸੰਤ ਕਥਾ ਰਸ ਤੋਂ ਭਾਵ ਹੈ ਕਿ ਜਿਹੜੇ ਸੰਤ ਜਨ ਜਿਨ੍ਹਾਂ ਦੀ ਸੰਗਤ ਦੀ ਮੰਗ ਹੈ, ਕਿ ਜਿਹੜੇ ਉਸ ਪ੍ਰਭੂ ਦੀ, ਵਾਹਿਗੁਰੂ ਜੀ ਦੀ, ਉਸ ਦੇਵਾਂ ਦੇ ਦੇਵ ਦੀ ਉਹ ਸਿਫਤ ਸਲਾਹ ਕਰਦੇ ਹਨ, ਤਾਂ ਮੈਂ ਉਸ ਸਿਫਤ ਸਲਾਹ ਵਿੱਚ ਮੈਂ ਵੀ ਰਸ ਲੈ ਸਕਾਂ। ਮੈਂ ਇਕਾਗਰਤਾ ਨਾਲ, ਅਡੋਲਤਾ ਨਾਲ, ਸਹਿਜ ਨਾਲ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਵੀ ਇਸ ਕਥਾ ਦਾ ਰਸ ਮਾਣ ਸਕਾਂ। ਸੰਤ ਪ੍ਰੇਮ, ਹੇ ਅਕਾਲ ਪੁਰਖ, ਮੇਰੇ ਅੰਦਰ ਇਹ ਚਾਓ ਪੈਦਾ ਕਰ, ਪਿਆਰ ਦਾ ਜਜ਼ਬਾ ਪੈਦਾ ਕਰ, ਮੇਰੇ ਅੰਦਰ ਅਜਿਹਾ ਭਾਉ ਪੈਦਾ ਹੋਵੇ ਕਿ ਤੇਰੇ ਜਿਹੜੇ ਸੰਤ ਜਨ ਹਨ ਉਹਨਾਂ ਪ੍ਰਤੀ ਮੇਰੇ ਅੰਦਰ ਇਹ ਪਿਆਰ ਪ੍ਰਫੁੱਲਤ ਹੋਵੇ। ਮਾਜੈ ਦੀਜੈ, ਮਾਜੈ ਤੋਂ ਇੱਥੇ ਭਾਵ ਹੈ ਮੁਝੇ, ਮੈਨੂੰ, ਮਾਜੈ ਦੀਜੈ ਭਾਵ ਮੈਨੂੰ ਦੇਵੋ। ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ, ਹੇ ਦੇਵਾਂ ਦੇ ਦੇਵ ਪ੍ਰਭੂ ਜੀਓ, ਮੇਰੇ ਤੇਰੇ ਚਰਨਾਂ ਵਿੱਚ ਜੋਜੜੀ ਹੈ ਕਿ ਤੂੰ ਬਖਸ਼ਿਸ਼ ਕਰ, ਮਿਹਰ ਕਰ, ਮੇਰੇ ਅੰਦਰ ਇਹਨਾਂ ਪ੍ਰਤੀ ਜੋ ਪਿਆਰ ਹੈ, ਭਾਉ ਹੈ, ਇਹ ਪੈਦਾ ਕਰ, ਮੈਨੂੰ ਇਹ ਪਿਆਰ ਦੀ ਦਾਤ ਬਖਸ਼ਿਸ਼ ਕਰ। ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਹਨ। ਸ਼ਬਦ ਦੇ ਚਾਰ ਬੰਦ ਹਨ। ਚੌਹਾਂ ਬੰਦਾਂ ਵਿੱਚ ਰਹਾਉ ਦੀਆਂ ਪੰਕਤੀਆਂ ਵਿੱਚ ਦਿੱਤੇ ਹੋਏ ਇਸ ਖਿਆਲ ਨੂੰ ਵਿਸਾਰ ਦੇ ਨਾਲ ਦਰਸਾਇਆ ਹੈ। ਇਸ ਤੋਂ ਪਹਿਲਾਂ ਕਿ ਜਿਨ੍ਹਾਂ ਸੰਤਾਂ ਦੀ ਸੰਗਤ ਦੀ ਮੰਗ ਹੈ, ਜਿਨ੍ਹਾਂ ਪ੍ਰਤੀ
ਪਿਆਰ ਪੈਦਾ ਹੋਵੇ, ਜਿਨ੍ਹਾਂ ਲਈ ਅਜਿਹਾ ਲਗਾਓ ਪੈਦਾ ਹੋਵੇ, ਅਜਿਹੀ ਮੰਗ ਕੀਤੀ ਜਾ ਰਹੀ ਹੈ। ਗੁਰਬਾਣੀ ਵਿੱਚੋਂ ਅਜਿਹੇ ਸੰਤਾਂ ਬਾਰੇ ਅਸੀਂ ਸਮਝ ਸਕੀਏ, ਵੇਖ ਸਕੀਏ, ਕਿਉਂਕਿ ਸੰਤ ਸ਼ਬਦ ਆਮ ਤੌਰ 'ਤੇ ਅੱਜ ਇਸ ਦੀ ਜਿੰਨੀ ਦੁਰਵਰਤੋਂ ਹੋ ਰਹੀ ਹੈ, ਸ਼ਾਇਦ ਇੰਨੀ ਵਿਆਪਕ ਭਾਰੀ ਮਾਤਰਾ ਵਿੱਚ ਇਸ ਰੂਪ ਵਿੱਚ ਪਹਿਲਾਂ ਨਾ ਹੋਈ ਹੋਵੇ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਗੁਰੂ ਗ੍ਰੰਥ ਸਾਹਿਬ ਵਿੱਚ ਉਂਝ ਸੰਤ ਸ਼ਬਦ ਮੁੱਖ ਰੂਪ ਵਿੱਚ ਤਿੰਨਾਂ ਅਰਥਾਂ ਵਿੱਚ ਵਰਤਿਆ ਗਿਆ ਹੈ। ਸੰਤ ਤੋਂ ਭਾਵ ਇੱਕ ਤਾਂ ਗੁਰਮੁਖ ਜਨਾਂ ਤੋਂ ਹੈ, ਪ੍ਰਭੂ ਪਿਆਰਿਆਂ ਤੋਂ ਹੈ, ਜਿਹੜੇ ਪ੍ਰਭੂ ਪਿਆਰ ਵਿੱਚ ਭਿੱਜੀਆਂ ਹੋਈਆਂ ਰੂਹਾਂ ਹਨ, ਅਤੇ ਸੰਤ ਭਲੇ ਗੁਰਸਿੱਖ ਹੈ। ਐਸੇ ਗੁਰਸਿੱਖਾਂ ਲਈ ਵੀ ਇਹ ਸੰਤ ਸ਼ਬਦ ਵਰਤਿਆ ਹੈ। ਸੰਤ ਸ਼ਬਦ ਸਤਿਗੁਰੂ ਲਈ ਵੀ ਆਇਆ ਹੈ। ਬਾਣੀ ਵਿੱਚ ਬਹੁਤ ਵਾਰ ਸੰਤ ਸ਼ਬਦ ਗੁਰੂ ਲਈ ਵਰਤਿਆ ਗਿਆ ਹੈ। ਸੰਤ ਸ਼ਬਦ ਭਗਤ ਸਾਹਿਬਾਨ ਲਈ, ਅਜਿਹੀਆਂ ਸ੍ਰੇਸ਼ਟ ਰੂਹਾਂ ਲਈ ਵੀ ਬਾਣੀ ਵਿੱਚ ਵਰਤਿਆ ਗਿਆ ਹੈ। ਸੰਤ ਸ਼ਬਦ ਰੱਬ ਲਈ ਵੀ ਆਇਆ ਹੈ, ਪ੍ਰਭੂ ਲਈ ਵੀ ਗੁਰਬਾਣੀ ਵਿੱਚ ਸੰਤ ਸ਼ਬਦ ਵਰਤਿਆ ਗਿਆ ਹੈ। ਜਿਵੇਂ ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮਹਿ ਪਾਇਆ। ਇੱਥੇ ਸੰਤ ਤੋਂ ਭਾਵ ਪ੍ਰਭੂ ਤੋਂ ਹੈ, ਵਾਹਿਗੁਰੂ ਜੀ ਤੋਂ ਹੈ। ਸੰਤ ਸ਼ਬਦ ਪਲੂਰਲ ਰੂਪ ਵਿੱਚ ਬਹੁਵਚਨ ਵਿੱਚ ਗੁਰਸਿੱਖਾਂ ਲਈ ਹੀ ਵਰਤਿਆ ਗਿਆ ਹੈ। ਉਹ ਸਾਡੀ ਅਰਦਾਸ ਵੀ ਜਿਹੜੇ ਸ਼ਬਦ ਵਰਤੇ ਗਏ ਹਨ ਅਖੀਰ ਵਿੱਚ, ਉਹ ਗੁਰਬਾਣੀ ਦੇ ਇਸ ਸਮੁੱਚੇ ਭਾਵ ਨੂੰ ਹੀ ਧਿਆਨ ਵਿੱਚ ਰੱਖਦਿਆਂ ਹੋਇਆਂ, ਸਾਡੇ ਵਡੇਰਿਆਂ ਨੇ ਇਸ ਰੂਪ ਵਿੱਚ ਇਹਨਾਂ ਦੀ ਇਸ ਘਾੜਤ ਨੂੰ ਘੜਦਿਆਂ ਹੋਇਆਂ ਇਸ ਵਿੱਚ ਸ਼ਾਮਿਲ ਕੀਤਾ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਗੁਰਬਾਣੀ ਵਿੱਚ ਅਜਿਹੀ ਅਵਸਥਾ ਦੇ ਮਾਲਕ ਪ੍ਰਾਣੀਆਂ ਲਈ ਇਸੇ ਤਰ੍ਹਾਂ ਸਮਾਨ ਅਰਥਕ ਹੋਰ ਕਈ ਸ਼ਬਦ ਆਏ ਹਨ। ਸੇਵਕ ਸ਼ਬਦ ਵਰਤਿਆ ਹੈ, ਹਰ ਜਨ ਆਇਆ ਹੈ, ਸਾਧੂ ਆਇਆ ਹੈ। ਤੋ ਇਹ ਸਾਰੇ ਸ਼ਬਦ ਪਰਿਆਇਵਾਚੀ ਹਨ, ਸਮਾਨ ਅਰਥਕ ਸ਼ਬਦ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੱਥੇ ਅਜਿਹੇ ਜੋ ਆਮ ਵਿਆਪਕ ਰੂਪ ਵਿੱਚ ਗੁਰਸਿੱਖਾਂ ਲਈ ਸਤਿਗੁਰੂ ਲਈ ਸ਼ਬਦ ਵਰਤਿਆ ਹੈ, ਉੱਥੇ ਨਾਲ ਨਾਲ ਇਸ ਦੀ ਪਰਿਭਾਸ਼ਾ ਵੀ ਕੀਤੀ ਹੋਈ ਹੈ। ਜਿਵੇਂ ਹਜ਼ੂਰ ਇੱਕ ਥਾਂ ਫਰਮਾਉਂਦੇ ਹਨ, ਆਖਦੇ ਹਨ ਕਿ ਰਹਿਣ ਦਿਨਸ ਰਹਿ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ। ਠਾਕੁਰ ਨਾਮ ਕੀਓ ਉਨ ਵਰਤਨ, ਤ੍ਰਿਪਤ ਅਘਾਵਨ ਹਰ ਕੈ ਦਰਸ਼ਨ। ਹਰ ਸੰਗ ਰਾਤੇ ਮਨ ਤਨ ਹਾਰੇ, ਗੁਰਪੂਰੇ ਕੀ ਸ਼ਰਨੀ ਪਰੇ। ਚਰਨ ਕਮਲ ਆਤਮ ਆਧਾਰ, ਏਕ ਨਿਹਾਰੈ ਆਗਿਆਕਾਰ। ਏਕੋ ਬਣਜ ਏਕੋ ਵਿਵਹਾਰੀ, ਅਵਰ ਨ ਜਾਣੈ ਬਿਨ ਨਿਰੰਕਾਰੀ। ਹਰਗ ਸੋਗ ਦੂਹੂ ਤੇ ਮੁਗਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਇਹ ਸੰਤ ਦੀ ਪਰਿਭਾਸ਼ਾ ਹੈ, ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਪਰ ਜਿਨ੍ਹਾਂ ਭਲੇ ਕੇਵਲ ਭੇਖ ਹੈ, ਕੇਵਲ ਲਿਬਾਸ, ਖਾਸ ਲਿਬਾਸ ਦੇ ਧਾਰਨੀ ਬਣ, ਜਿਹੜੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ ਪਰ ਅਜਿਹੀ ਕਰਨੇ ਤੋਂ ਕੋਹਾਂ ਦੂਰ ਹਨ, ਜਿਨ੍ਹਾਂ ਨੇ ਭੇਖ ਨੂੰ ਲੋਕਾਂ ਨਾਲ ਸ਼ੋਸ਼ਣ ਕਰਨ ਲਈ ਇੱਕ ਸਾਧਨ ਬਣਾਇਆ ਹੈ, ਉਹਨਾਂ ਬਾਰੇ ਬਾਣੀ ਵਿੱਚ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਬੜੇ ਸਪੱਸ਼ਟ ਅਤੇ ਨਿਰਣਾਇਕ ਰੂਪ ਵਿੱਚ
ਇਹ ਦ੍ਰਿੜ ਕਰਵਾਇਆ ਹੈ ਕਿ ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਔਰ ਇੱਥੋਂ ਤੱਕ ਆਖ ਦਿੱਤਾ ਕਿ ਐਸੇ ਸੰਤ ਨਾ ਮੋਹ ਕੋ ਭਾਵੈ ਡਾਲਾ ਸੋਂ ਪੇਡਾ ਗਟਕਾਵੈ, ਜਿਨ੍ਹਾਂ ਲੋਕਾਂ ਦੇ ਇਹੋ ਜਿਹੀ ਰਹਿਣੀ ਹੈ, ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਕਬੀਰ ਸਾਹਿਬ ਆਖਦੇ ਹਨ, ਅਜਿਹੇ ਸੰਤ ਅਖਵਾਉਣ ਵਾਲੇ ਮੈਨੂੰ ਮੂਲੋਂ ਹੀ ਚੰਗੇ ਨਹੀਂ ਲੱਗਦੇ। ਤੋ ਇਸ ਲਈ ਸਾਨੂੰ ਇਸ ਸ਼ਬਦ ਵਿੱਚੋਂ ਹੀ ਨਹੀਂ ਬਲਕਿ ਗੁਰਬਾਣੀ ਵਿੱਚ ਜਿੱਥੇ ਵੀ ਇਹ ਸ਼ਬਦ ਵਰਤੇ ਗਏ ਹਨ ਉੱਥੇ ਸਾਨੂੰ ਪ੍ਰਕਰਨ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਤੋ ਖੈਰ, ਭਗਤ ਜੀ ਜਿਸ ਸੰਤ ਦੀ ਸੰਗਤ ਦੀ ਇੱਥੇ ਚਰਚਾ ਕਰ ਰਹੇ ਹਨ, ਉਹ ਕਿਸੇ ਖਾਸ ਲਿਬਾਸ ਨੂੰ ਧਾਰਨ ਕਰਨ ਵਾਲੇ ਵਿਅਕਤੀ ਤੋਂ ਨਹੀਂ ਹੈ, ਬਲਕਿ ਉਸ ਰਹਿਣੀ ਰਹਿ ਰਹੇ ਪਵਿੱਤਰ ਆਤਮਾ ਦਾ ਇਸ਼ਾਰਾ ਹੈ, ਜਿਨ੍ਹਾਂ ਦੀ ਅਸੀਂ ਨਿਤ ਅਰਦਾਸ ਵੀ ਜਿਨ੍ਹਾਂ ਦੀ ਸੰਗਤ ਦੀ ਮੰਗ ਕਰਦੇ ਹਾਂ। ਅੱਜ ਦੀ ਇਸ ਰੀਅਲ ਇਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਅਤੇ ਮਿਹਨਤੀ ਰੀਅਲ ਇਸਟੇਟ ਏਜੰਟ ਦੀ, ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ, ਅਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਅਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। ਵਨ ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਜ਼ ਵੇਚੀਆਂ ਹਨ। ਅੱਜ ਹੀ ਕਾਲ ਕਰੋ 604-725-1000 ਜਾਂ ਫਿਰ ਵਿਜ਼ਿਟ ਕਰੋ oneflatfee.ca। ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪੋਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਤੋਂ ਭਗਤ ਜੀ ਫਰਮਾਉਂਦੇ ਹਨ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀਓ, ਮੈਨੂੰ ਸੰਗਤ ਦੀ ਬਖਸ਼ਿਸ਼ ਕਰੋ। ਪ੍ਰਾਰੰਭਿਕ ਪੰਕਤੀਆਂ ਵਿੱਚ ਫਰਮਾਉਂਦੇ ਹਨ, ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰੂ ਗਿਆਨ ਜਾਣੈ ਸੰਤ ਦੇਵਾ ਦੇਵ। ਹੇ ਦੇਵਾਂ ਦੇ ਦੇਵ ਪ੍ਰਭੂ ਜੀਓ, ਐਸੇ ਜਿਹੜੇ ਸੰਤ ਜਨ ਹਨ ਉਹ ਤੇਰਾ ਹੀ ਸਰੂਪ ਹਨ, ਔਰ ਐਸੇ ਸਤਿਪੁਰਸ਼ਾਂ ਬਾਰੇ ਹੀ ਗੁਰਬਾਣੀ ਵਿੱਚ ਆ ਕਿਹਾ ਹੈ, ਸੰਤ ਗੋਬਿੰਦ ਕੈ ਏਕੈ ਕਾਮ। ਉਹ ਅਕਾਲ ਪੁਰਖ ਜੋ ਨਿਰੰਕਾਰ ਹੈ, ਅਜਿਹੇ ਸਤਿਪੁਰਸ਼ਾਂ ਦੇ ਵਿਵਹਾਰ ਰਾਹੀਂ, ਉਹਨਾਂ ਦੇ ਆਚਰਣ ਰਾਹੀਂ, ਜੀਵਨ ਢੰਗ ਰਾਹੀਂ ਸਾਨੂੰ ਉਸ ਵਾਹਿਗੁਰੂ ਜੀ ਦੀ ਮਹੱਤਤਾ ਦਾ ਪਤਾ ਚੱਲਦਾ ਹੈ। ਔਰ ਅਜਿਹੇ ਜਿਹੜੇ ਸਤਿਪੁਰਸ਼ ਹਨ ਉਹ ਮਨੁੱਖ ਨੂੰ ਆਪਣੇ ਨਾਲ ਨਹੀਂ ਬਲਕਿ ਉਸ ਪ੍ਰਭੂ ਨਾਲ ਹੀ ਜੋੜਦੇ ਹਨ। ਔਰ ਗੁਰਬਾਣੀ ਦਾ ਇਹ ਪਾਵਨ ਫੁਰਮਾਨ ਸਾਨੂੰ ਇਸ ਪੱਖੋਂ ਹੀ ਸੁਚੇਤ ਕਰਦਾ ਹੈ, ਜਦੋਂ ਹਜ਼ੂਰ ਬਾਣੀ ਵਿੱਚ ਇਹ ਬਖਸ਼ਿਸ਼ ਕਰਦੇ ਹਨ, ਆਖਦੇ ਹਨ ਕਿ ਅਜਿਹੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਅਸੀਂ ਉਹਨਾਂ ਰਾਹੀਂ ਉਸ ਪ੍ਰਭੂ ਨਾਲ ਜੁੜਦੇ ਹਾਂ। ਗੁਰਮੁਖ ਸੂੰ ਕਰ ਦੋਸਤ ਸੂੰ ਕਰ ਦੋਸਤੀ, ਸਤਿਗੁਰੂ ਸੌਣ ਲਾ ਚਿੱਤ। ਤਿੱਤ ਜਿਹੜਾ ਹੈ ਉਹ ਸਤਿਗੁਰੂ ਨਾਲ ਜੋੜਨਾ ਹੈ, ਮੂਲ ਸਤਿਗੁਰੂ ਹੈ। ਜਿਸ ਰਾਹੀਂ ਅਸੀਂ ਅਜਿਹੇ ਸਤਿਪੁਰਸ਼ਾਂ ਦੀ ਸੰਗਤ ਕਰਦਿਆਂ ਹੋਇਆਂ, ਜਿਨ੍ਹਾਂ ਨੇ ਗੁਰੂ ਨੂੰ ਆਪਣੇ ਅੰਦਰ ਵਸਾਇਆ ਹੈ, ਜਿਨ੍ਹਾਂ ਅੰਦਰ ਗੁਰੂ ਦੀ ਸਿੱਖੀ ਸੱਚਮੁੱਚ ਵਸੀ ਹੈ, ਉਹਨਾਂ ਤੋਂ ਅਸੀਂ ਪ੍ਰੇਰਨਾ ਲੈਣੀ, ਉਹਨਾਂ ਦੇ ਜੀਵਨ ਨੂੰ ਅਮਲੀ ਰੂਪ ਵਿੱਚ ਜਿਉਂਦਿਆਂ ਵੇਖ ਕੇ ਅਸੀਂ ਉਹਨਾਂ ਤੋਂ ਉਤਸ਼ਾਹਿਤ ਹੋਣਾ ਹੈ, ਪ੍ਰੇਰਨਾ ਲੈਣੀ ਹੈ। ਤੋ ਭਗਤ ਜੀ ਫਰਮਾਉਂਦੇ ਹਨ, ਮਾਲਕ ਜੀ ਅਜਿਹੇ ਜਿਹੜੇ ਸੰਤ ਜਨ ਹਨ ਉਹ ਤੇਰਾ ਸਰੂਪ ਹਨ, ਇਹਨਾਂ ਦੀ ਸੰਗਤ ਤੇਰੇ ਪ੍ਰਾਣ ਹਨ, ਜਿਨ੍ਹਾਂ ਦੀ ਸੰਗਤ ਕੀਤੇ ਹਾਂ ਅਸੀਂ ਸੱਚਮੁੱਚ ਤੇਰੇ ਨਾਲ ਜੁੜ ਸਕਦੇ ਹਾਂ, ਤੇਰੇ ਨਾਲ ਇੱਕ ਸੁਰ ਹੋ ਸਕੀਦਾ ਹੈ, ਜਿਨ੍ਹਾਂ ਦੀ ਸੰਗਤ ਵਿੱਚ ਤੈਨੂੰ ਲੱਭ ਸਕੀਦਾ ਹੈ, ਤੈਨੂੰ ਸਾਕਸ਼ਾਤ ਪ੍ਰਤੱਖ ਵੇਖ ਸਕੀਦਾ ਹੈ, ਤੇਰੀ ਅਹਿਮੀਅਤ ਨੂੰ ਸਮਝ ਸਕੀਦਾ ਹੈ, ਮਹਿਸੂਸ ਕਰ ਸਕੀਦਾ ਹੈ। ਫਿਰ ਫਰਮਾਉਂਦੇ ਹਨ, ਸਤਿਗੁਰੂ ਗਿਆਨ ਜਾਣੈ ਸੰਤ ਦੇਵਾ ਦੇਵ। ਸਤਿਗੁਰੂ ਦਾ ਗਿਆਨ, ਸਤਿਗੁਰੂ ਦੀ ਸੋਝੀ ਸਾਨੂੰ ਅਜਿਹੇ ਪੁਰਸ਼ਾਂ ਦੇ ਸਹੀ ਜੋ ਕਿਰਦਾਰ ਹੈ, ਹਕੀਕਤ ਹੈ, ਉਹਨਾਂ ਦੀ ਜੋ ਮਹੱਤਤਾ ਹੈ ਉਹ ਸਾਨੂੰ ਦ੍ਰਿੜ ਕਰਾਉਂਦਾ ਹੈ, ਸਾਨੂੰ ਸਮਝ ਆਉਂਦੀ ਹੈ। ਔਰ ਗੁਰੂ ਕੀ ਬਾਣੀ ਸਾਨੂੰ ਇਹ ਦ੍ਰਿੜ ਕਰਾਉਂਦੀ ਹੈ, ਸਮਝਾਉਂਦੀ ਹੈ ਕਿ ਸੰਤ ਕਿਸੇ ਭੇਖ ਦਾ ਨਾਂ ਨਹੀਂ, ਸੰਤ ਤਾਂ ਇੱਕ ਜੀਵਨ ਹੈ, ਇੱਕ ਕਰੈਕਟਰ ਹੈ, ਆਚਰਨ ਹੈ, ਇੱਕ ਮਨੁੱਖ ਦਾ ਉਹ ਸੁਧਰਿਆ ਹੋਇਆ ਸਰੂਪ ਹੈ ਜੋ ਹਰੀ ਵਰਗਾ ਹੀ ਹੈ,
ਜਿਸ ਅੰਦਰ ਰੱਬ ਦੇ ਹਰੀ ਦੇ ਗੁਣ ਟਿਕੇ ਹੋਏ ਹਨ, ਵਸੇ ਹੋਏ ਹਨ। ਉਸ ਦੇ ਵਿਵਹਾਰ ਵਿੱਚ ਉਹ ਗੁਣ ਪ੍ਰਗਟ ਹੋ ਰਹੇ ਹਨ, ਜ਼ਾਹਰ ਹੋ ਰਹੇ ਹਨ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਆਪ ਫਰਮਾਉਂਦੇ ਹਨ, ਸੰਤ ਆਚਰਨ ਸੰਤ ਚੋ ਮਾਰਗ ਸੰਤ ਚੋਲਗ ਓਲਗਣੇ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਅਜਿਹੇ ਜਿਹੜੇ ਸੰਤ ਜਨ ਹਨ ਜੋ ਤੇਰਾ ਰੂਪ ਹਨ, ਜਿਹੜੇ ਤੇਰੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਆਪਣੇ ਅਮਲੀ ਰੂਪ ਵਿੱਚ ਅਪਣਾਇਆ ਹੈ, ਜਿਨ੍ਹਾਂ ਦੇ ਵਿਵਹਾਰ ਵਿੱਚ ਉਹ ਗੁਣ ਪ੍ਰਗਟ ਹੋ ਰਹੇ ਹਨ, ਜਿਨ੍ਹਾਂ ਨੇ ਗੁਣ ਕਹਿ ਗੁਣੀ ਸਮਾਵਣੇ ਆ, ਤੇਰੇ ਗੁਣਾਂ ਦੀ ਚਰਚਾ ਕਰਦੇ ਹਾਂ, ਉਹਨਾਂ ਗੁਣਾਂ ਵਿੱਚ ਸਮਾ ਗਏ ਹਨ, ਭਾਵ ਲੀਨ ਹੋ ਗਏ ਹਨ, ਅਮਲੀ ਰੂਪ ਵਿੱਚ ਉਹਨਾਂ ਗੁਣਾਂ ਨੂੰ ਅਪਣਾ ਲਿਆ ਹੈ, ਉਹਨਾਂ ਦਾ ਜੋ ਆਚਰਣ ਹੈ, ਕਿਰਪਾ ਕਰ ਕਿ ਮੈਂ ਵੀ ਉਹਨਾਂ ਵਰਗਾ ਆਪਣਾ ਆਚਰਣ ਬਣਾ ਸਕਾਂ, ਮੈਂ ਵੀ ਉਸੇ ਤਰ੍ਹਾਂ ਦੀ ਰਹਿਣੀ ਦਾ ਮਾਲਕ ਬਣ ਸਕਾਂ। ਸੰਤ ਚੋ ਮਾਰਗ, ਅਤੇ ਸੰਤਾਂ ਦਾ ਜੋ ਮਾਰਗ ਹੈ ਉਸ ਮਾਰਗ ਨੂੰ ਅਪਣਾ ਸਕਾਂ। ਗੁਰਬਾਣੀ ਵਿੱਚ ਇਸੇ ਸੱਚ ਨੂੰ ਹੋਰ ਕਈ ਢੰਗਾਂ ਨਾਲ ਦਰਸਾਇਆ ਹੈ, ਇਸ ਨੂੰ ਹਰ ਕਾ ਮਾਰ ਹਰ ਮਾਰਗ ਵੀ ਆਖਿਆ ਹੈ, ਚਰਨ ਚਲੋ ਮਾਰ ਗੋਬਿੰਦ ਵੀ ਆਖਿਆ ਹੈ। ਹਰੀ ਦਾ ਮਾਰਗ, ਸੰਤ ਦਾ ਮਾਰਗ ਕੋਈ ਵੱਖੋ ਵੱਖਰੇ ਮਾਰਗ ਨਹੀਂ। ਸ਼ਬਦ ਫਿਰ ਦੁਹਰਾ ਦੇਵਾਂ ਕਿ ਸੰਤ ਜੋ ਅੱਜ ਅਸੀਂ ਜਿਨ੍ਹਾਂ ਅਰਥਾਂ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਕਰ ਰਹੇ ਹਾਂ, ਇਹਨਾਂ ਅਰਥਾਂ ਵਿੱਚ ਗੁਰਬਾਣੀ ਵਿੱਚ ਇਹ ਸ਼ਬਦ ਇਸ ਰੂਪ ਵਿੱਚ ਨਹੀਂ ਵਰਤਿਆ ਗਿਆ। ਗੁਰਬਾਣੀ ਨੂੰ ਕਿਸੇ ਸੰਤ ਸ਼ਬਦ ਨੂੰ ਕਿਸੇ ਪੇਖ ਨਾਲ ਨਹੀਂ ਜੋੜਿਆ, ਬਲਕਿ ਉਸਨੂੰ ਜੀਵਨ ਨਾਲ ਆਚਰਣ ਨਾਲ ਸੰਬੰਧਿਤ ਦਰਸਾਇਆ ਹੈ। ਔਰ ਐਸੇ ਸੰਤਾਂ ਬਾਰੇ ਆਖਿਆ ਹੈ ਕਿ ਸੰਤ ਗੋਬਿੰਦ ਕਹਿ ਏਕ ਹੈ ਕਾਮ। ਪਰ ਜਦੋਂ ਅਸੀਂ ਅੱਜ ਨਜ਼ਰ ਮਾਰਦੇ ਹਾਂ ਜਿਨ੍ਹਾਂ ਨੂੰ ਅਸੀਂ ਸੰਤ ਕਹਿ ਕੇ ਮੁਖਾਤਬ ਕਰਦੇ ਹਾਂ, ਧਰਮ ਦੀ ਦੁਨੀਆ ਵਿੱਚ ਜ਼ਿਆਦਾਤਰ ਕੋਈ ਟਾਵਾਂ ਟਾਵਾਂ ਐਸਾ ਹੋਵੇਗਾ ਕਿ ਜੋ ਇਸ ਤੋਂ ਬਾਹਰ ਆ ਹੈ ਨਾ, ਤਾਂ ਜ਼ਿਆਦਾਤਰ ਅੱਜ ਹਰ ਧਰਮ ਨਾਲ ਸੰਬੰਧਿਤ ਐਸਾ ਮਨੁੱਖ ਜਿਸ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ, ਉਹ ਆਪਣੇ ਪੈਰੋਕਾਰਾਂ ਵਿੱਚ ਧਰਮ ਦੇ ਨਾਂ 'ਤੇ ਰੱਬ ਦੇ ਨਾਂ 'ਤੇ ਦੂਜਿਆਂ ਪ੍ਰਤੀ ਨਫ਼ਰਤ ਹੀ ਫੈਲਾ ਰਿਹਾ ਹੈ। ਉਹ ਆਪਣੇ ਪੈਰੋਕਾਰਾਂ ਦੇ ਅੰਦਰ ਨਫ਼ਰਤ ਹੀ ਦ੍ਰਿੜ ਕਰਵਾ ਰਿਹਾ ਹੈ, ਜਦਕਿ ਜਿਹੜਾ ਸੱਚਮੁੱਚ ਸੰਤ ਹੈ ਉਹ ਤਾਂ ਰੱਬ ਨਾਲ ਜੁੜਿਆ ਹੈ, ਉਸ ਅੰਦਰ ਤਾਂ ਰੱਬੀ ਗੁਣਾਂ ਦਾ ਪ੍ਰਕਾਸ਼ ਹੈ, ਉਹ ਰੱਬ ਵਾਂਗ ਤਾਂ ਸਾਰਿਆਂ ਦਾ ਸਾਂਝਾ ਹੈ, ਉਹ ਤਾਂ ਸਮੁੱਚੀ ਮਨੁੱਖਤਾ ਨੂੰ ਆਪਣੀ ਗਲਵਕੜੀ ਵਿੱਚ ਲੈਣ ਵਾਲਾ ਹੈ। ਪਰ ਉਹ ਸੰਤਾਂ ਦੇ ਨਾਂ ਹੇਠਾਂ ਜਿਹੜੇ ਮਨੁੱਖ ਨਫ਼ਰਤ ਫੈਲਾ ਰਹੇ ਹਨ, ਘਿਰਨਾ ਜਿਹੜੀ ਹੈ ਉਹ ਮਨੁੱਖਾਂ ਦੇ ਅੰਦਰ ਚੰਗੀ ਤਰ੍ਹਾਂ ਪਰਪੱਕ ਕਰ ਰਹੇ ਹਨ, ਵੰਡੀਆਂ ਪਾ ਰਹੇ ਹਨ, ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕਰ ਰਹੇ ਹਨ, ਐਸੇ ਲੋਕਾਂ ਨੂੰ ਸੰਤ ਨਹੀਂ ਆਖਿਆ ਜਾ ਸਕਦਾ। ਉਹਨਾਂ ਸੰਤਾਂ ਦੀ ਗੱਲ ਨਹੀਂ, ਉਹਨਾਂ ਸੰਤਾਂ ਦੇ ਆਚਰਨ ਜਾਂ ਉਹਨਾਂ ਦੀ ਪੈੜਾਂ 'ਤੇ ਚੱਲਣ ਦੀ ਗੱਲ ਨਹੀਂ। ਇਹ ਗੱਲ ਠੀਕ ਹੈ, ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਜ਼ਮੀਨੀ ਹਕੀਕਤ ਹੈ ਕਿ ਜ਼ਿਆਦਾਤਰ ਲੋਕ ਇਹੋ ਜਿਹੇ ਢੋਂਗੀਆਂ ਪਖੰਡੀਆਂ ਨਫ਼ਰਤ ਦੇ ਬੀਜ ਬੀਜਣ ਵਾਲਿਆਂ ਦੇ ਪੈ ਕਦਮਾਂ ਉੱਤੇ ਹੀ, ਉਹਨਾਂ ਦੇ ਦਰਸਾਏ ਹੋਏ ਮਾਰਗ ਉੱਤੇ ਹੀ ਤੁਰ ਰਹੀਆਂ ਹਨ। ਇਸ ਲਈ ਉਹਨਾਂ ਅੰਦਰ ਦੂਜਿਆਂ ਪ੍ਰਤੀ ਨਫ਼ਰਤ ਹੈ, ਘਿਰਨਾ ਹੈ, ਨਫ਼ਰਤ ਦੀਆਂ ਦੀਵਾਰਾਂ ਦਿਨ ਪ੍ਰਤੀ ਦਿਨ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ। ਇੱਥੇ ਜਿਨ੍ਹਾਂ ਸੰਤਾਂ ਦੇ ਆਚਰਨ ਦੀ, ਉਹਨਾਂ ਦੇ ਮਾਰਗ ਦੀ ਗੱਲ ਕੀਤੀ ਜਾ ਰਹੀ ਹੈ, ਉਹੀ ਹਰੀ ਦਾ ਮਾਰਗ ਹੈ, ਧਰਮ ਦਾ ਮਾਰਗ ਹੈ। ਇਸ ਲਈ ਹਜ਼ੂਰ ਨੇ ਬਾਣੀ ਵੀ ਖਿਆਲ ਦਿੱਤਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਵਿਰਲਾ ਸ਼ਬਦ ਵਰਤਿਆ ਹੈ, ਕੋ ਵੱਡ ਭਾਗੀ ਪਾਏ, ਕੋਈ ਵਿਰਲਾ, ਟਾਵਾਂ ਟਾਵਾਂ, ਇਹ ਸਹੀ ਅਰਥਾਂ ਵਿੱਚ ਐਸੇ ਸੰਤਾਂ ਦੇ ਮਾਰਗ ਦਾ ਪਾਂਧੀ ਬਣਦਾ ਹੈ, ਰਾਹੀ ਬਣਦਾ ਹੈ। ਢੋਂਗੀਆਂ ਪਖੰਡੀਆਂ ਦੇ ਰਾਹ ਚੱਲਣ ਅਤੇ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਣ ਵਾਲਿਆਂ ਦੀ ਤਾਂ ਭੀੜ ਹੈ, ਪਰ ਜੋ ਸੱਚਮੁੱਚ ਜਿਨ੍ਹਾਂ ਦਾ ਮਾਰਗ ਹਰੀ ਦਾ ਮਾਰਗ ਹੈ, ਗੁਰੂ ਦਾ ਮਾਰਗ ਹੈ, ਉਹਨਾਂ 'ਤੇ ਚੱਲਣ ਵਾਲੇ ਤਾਂ ਟਾਵੇਂ ਟਾਵੇਂ ਹਨ, ਹੈਣ ਵਿਰਲੇ ਨਾ ਹੀ ਕਣੇ, ਫੈਲ ਫਕੜ ਸੰਸਾਰ, ਕਿਉਂਕਿ ਸਾਚੇ ਕਾਕ ਵਿਰਲਾ ਜਾਣ। ਸੱਚ ਦੇ ਵਪਾਰੀ ਗਾਹਕ ਬੜੇ ਟਾਵੇਂ ਟਾਵੇਂ ਹੋਇਆ ਕਰਦੇ ਹਨ, ਵਿਰਲੇ ਹੋਇਆ ਕਰਦੇ ਹਨ। ਤੋ ਇੱਥੇ ਜਿਹੜੇ ਸੰਤਾਂ ਦੇ ਮਾਰਗ ਦੀ ਗੱਲ ਕੀਤੀ ਜਾ ਰਹੀ ਹੈ,
ਕਿ ਸੰਤ ਚਿਹ ਮਾਰਗ, ਕਿ ਸੰਤਾਂ ਦਾ ਉਹ ਮਾਰਗ ਜਿਹੜਾ ਰਸਤਾ ਹੈ, ਮੈਂ ਉਸ ਰਸਤੇ 'ਤੇ ਚੱਲ ਸਕਾਂ, ਤੁਰ ਸਕਾਂ, ਤਾਂ ਉਹ ਮਾਰਗ ਉਹੀ ਹੈ ਜੋ ਹਰੀ ਦਾ ਮਾਰਗ ਹੈ, ਜੋ ਗੁਰੂ ਦਾ ਮਾਰਗ ਹੈ, ਜਿਸ ਮਾਰਗ 'ਤੇ ਚੱਲਣ ਦੀ ਗੁਰਬਾਣੀ ਦਾ ਹਰ ਸ਼ਬਦ ਪ੍ਰੇਰਨਾ ਦਿੰਦਾ ਹੈ। ਤਾਂ ਭਗਤ ਜੀ ਇੱਥੇ ਫਰਮਾਉਂਦੇ ਹਨ ਕਿ ਮਾਲਕ ਇਹ ਵਾਹਿਗੁਰੂ ਤੂੰ ਕਿਰਪਾ ਕਰ ਕਿ ਮੈਂ ਉਹਨਾਂ ਦਾ ਉਸ ਮਾਰਗ ਨੂੰ ਅਪਣਾ ਸਕਾਂ, ਰਾਹੀ ਬਣ ਸਕਾਂ, ਮੈਂ ਐਸੇ ਸੇਵਕਾਂ ਸੰਤਾਂ ਦੇ ਤੇਰੇ ਜਿਹੜੀਆਂ ਜੁੜੀਆਂ ਰੂਹਾਂ ਹਨ ਉਹਨਾਂ ਦੇ ਦਾਸਰੇ ਹਨ, ਉਹਨਾਂ ਦੇ ਜਿਹੜੇ ਗੋਲੇ ਹਨ, ਮੈਂ ਉਹਨਾਂ ਦਾ ਵੀ ਗੁਲਾਮ ਬਣਾਂ, ਦਾਸ ਬਣਾਂ, ਭਾਵੇਂ ਆਪਣੀ ਹੰਗਤਾ ਨੂੰ, ਹਉਮੈ ਨੂੰ, ਆਪਣੀ ਮਤ ਨੂੰ ਇੱਕ ਪਾਸੇ ਛੱਡ ਕੇ ਮੈਂ ਉਹਨਾਂ ਨਾਲ ਮੋਢੇ ਨਾਲ ਮੋਢਾ ਡਾ ਕੇ ਉਹਨਾਂ ਨੂੰ ਸਹਿਯੋਗ ਦੇਵਾਂ, ਉਹਨਾਂ ਦੇ ਨਾਲ ਮਿਲ ਕੇ ਮੈਂ ਸਮਾਜ ਨੂੰ ਹਰ ਪੱਖੋਂ ਸੁੰਦਰ ਬਣਾਉਣ ਲਈ, ਬਿਹਤਰ ਬਣਾਉਣ ਲਈ ਮੈਂ ਆਪਣਾ ਵੀ ਯੋਗਦਾਨ ਪਾ ਸਕਾਂ, ਮੈਂ ਆਪਣੀ ਮਤ ਇੱਕ ਪਾਸੇ ਛੱਡ ਕੇ ਐਸੇ ਸ੍ਰੇਸ਼ਟ ਪੁਰਖਾਂ ਦੀ ਸੰਗਤ ਵਿੱਚ ਵਿਚਰ ਕੇ ਗੁਰੂ ਦੀ ਮਤ ਲੈ ਕੇ ਮੈਂ ਵੀ ਉਸਾਰੂ ਸੋਚ ਜਿਹੜੀ ਆ ਉਸ ਨੂੰ ਅਪਣਾ ਕੇ ਆਪਣਾ ਉਸਾਰੂ ਯੋਗਦਾਨ ਪਾ ਸਕਾਂ। ਫਿਰ ਅਗਲੀਆਂ ਪਾਵਨ ਪੰਕਤੀਆਂ ਵਿੱਚ ਫਰਮਾਉਂਦੇ ਹਨ, ਔਰ ਇੱਕ ਮਾਂਗੂ ਭਗਤ ਚਿੰਤਾ ਮਨ, ਜਨੀ ਲਖਾਵੋ ਆਸੰਤ ਪਾਪੀ ਸਨ। ਔਰ ਤੋਂ ਪਾਵੈ ਹੈ ਉਹ ਇੱਕ ਔਰ ਇੱਕ ਹੋਰ ਮਾਂਗੂ ਮੈਂ ਮੰਗਦਾ ਹਾਂ ਭਗਤ ਚਿੰਤਾ ਮਨ, ਹੇ ਅਕਾਲ ਪੁਰਖ, ਹੇ ਦੇਵਾ ਦੇਵ, ਤੇਥੋਂ ਮੈਂ ਇੱਕ ਹੋਰ ਚੀਜ਼ ਦੀ ਮੰਗ ਕਰਦਾ ਹਾਂ। ਮੇਰੀ ਇੱਕ ਹੋਰ ਮੰਗ ਹੈ ਜੋ ਜਿਹੜੀ ਹੈ ਕਿ ਮੈਨੂੰ ਤੋਂ ਭਗਤ ਚਿੰਤਾ ਮਨ, ਮੈਨੂੰ ਉਹ ਚਿੰਤਾ ਮਨੀ ਚਿੰਤਾਵਾਂ ਮੁਕਤ ਕਰਨ, ਚਿੰਤਾ ਤੋਂ ਮੁਕਤ ਕਰਨ ਵਾਲੀ, ਸਾਰੇ ਫਲ ਦੇਣ ਵਾਲੀ, ਜੋ ਤੇਰੀ ਭਗਤੀ ਹੈ, ਬੰਦਗੀ ਹੈ, ਪਿਆਰ ਹੈ, ਭਾਉ ਹੈ, ਇਸ ਦੀ ਬਖਸ਼ਿਸ਼ ਕਰ। ਗੁਰਬਾਣੀ ਵਿੱਚ ਜੋ ਪ੍ਰਚਲਿਤ ਅਰਥਾਂ ਵਿੱਚ ਇਹ ਚਿੰਤਾ ਮਨ ਸ਼ਬਦ ਵਰਤਿਆ ਗਿਆ ਹੈ, ਗੁਰਬਾਣੀ ਵਿੱਚ ਇਸ ਅਰਥ ਵਿੱਚ ਵੀ ਇਹ ਸ਼ਬਦ ਵਰਤਿਆ ਗਿਆ ਹੈ। ਜਿਵੇਂ ਸੁਖ ਸਾਗਰ ਸੁਰਤਰ ਚਿੰਤਾ ਮਨ, ਕਾਮ ਤੇਨ ਵਸ ਜਾ ਕੇ, ਇੱਥੇ ਪ੍ਰਚਲਿਤ ਅਰਥਾਂ ਵਿੱਚ ਇਹ ਸ਼ਬਦ ਵਰਤਿਆ ਗਿਆ ਹੈ, ਪਰ ਗੁਰਬਾਣੀ ਵਿੱਚ ਜਿੱਥੇ ਆਪਣਾ ਵਿਚਾਰ ਭਗਤ ਸਾਹਿਬਾਨ ਜਾਂ ਗੁਰੂ ਸਾਹਿਬਾਨ ਨੇ ਪ੍ਰਗਟਾਇਆ ਹੈ, ਉੱਥੇ ਇਹਨਾਂ ਸ਼ਬਦਾਂ ਨੂੰ ਇਹਨਾਂ ਪ੍ਰਚਲਿਤ ਅਰਥਾਂ ਵਿੱਚ ਨਹੀਂ ਵਰਤਿਆ। ਇੱਥੇ ਚਿੰਤਾ ਮਨ ਤੋਂ ਭਾਵ ਜੋ ਸੁੱਖ ਦੇਣ ਵਾਲੀ ਪ੍ਰਭੂ ਦੀ ਬੰਦਗੀ ਹੈ ਉਸ ਵੱਲ ਇਸ਼ਾਰਾ ਹੈ, ਨਾ ਕਿ ਕਥਿਤ ਕਿਸੇ ਪੱਥਰ ਤੋਂ ਜਾਂ ਉਸ ਮਣੀ ਤੋਂ ਹੈ ਜੋ ਮਨ ਇੱਛਤ ਫਲ ਦੇਣ ਵਾਲੀ ਹੈ। ਪ੍ਰਭੂ ਦੀ ਬੰਦਗੀ ਹੀ ਮਨ ਇੱਛਤ ਫਲ ਦੇਣ ਵਾਲੀ ਗੁਰਬਾਣੀ ਵਿੱਚ ਮੰਨੀ ਗਈ ਹੈ। ਭਗਤ ਜੀ ਆਖਦੇ ਹਨ, ਮਾਲਕ ਜੀ ਮੇਰੇ ਉੱਤੇ ਇਹ ਬਖਸ਼ਿਸ਼ ਕਰੋ, ਮੈਨੂੰ ਇਹ ਭਗਤੀ ਦੀ ਦਾਤ ਬਖਸ਼ਿਸ਼ ਕਰੋ। ਜਨੀ ਲਖਾਓ ਆਸੰਤ ਪਾਪੀ ਸਨ, ਜੋ ਪਾਪੀ ਹਨ, ਕੁਕਰਮੀ ਹਨ, ਆਸੰਤ ਹਨ, ਉਹਨਾਂ ਦਾ ਮੈਨੂੰ ਦੀਦਾਰ ਨਾ ਕਰਾ, ਮੈਂ ਉਹਨਾਂ ਦੀ ਸੰਗਤ ਵਿੱਚ ਨਾ ਬੈਠਾਂ, ਮੈਂ ਉਹਨਾਂ ਤੋਂ ਆਪਣੇ ਆਪ ਨੂੰ ਪਰਾਂ ਹੀ ਰੱਖ ਸਕਾਂ, ਇਹ ਵੀ ਤੇਥੋਂ ਮੈਂ ਦਾਤ ਮੰਗ ਰਿਹਾ ਹਾਂ। ਅਖੀਰ ਵਿੱਚ ਫਰਮਾਉਂਦੇ ਹਾਂ, ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀਂ। ਰਵਿਦਾਸ ਆਖਦਾ ਹੈ, ਰਵਿਦਾਸ ਜੀ ਕਹਿੰਦੇ ਹਨ, ਫਰਮਾਉਂਦੇ ਹਨ ਕਿ ਅਸਲ ਵਿੱਚ ਉਹ ਮਨੁੱਖ ਸਿਆਣਾ ਹੈ, ਦਾਣਾ ਹੈ, ਜਿਹੜੇ ਅਜਿਹੇ ਜਿਹੜੇ ਸੰਤ ਜਨ ਹਨ ਜਿਹੜੇ ਹਮੇਸ਼ਾ ਉਸ ਵਾਹਿਗੁਰੂ ਜੀ ਨਾਲ ਜੁੜੇ ਰਹਿੰਦੇ ਹਨ, ਜਿਹੜੇ ਉਸ ਅਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਸਮਝਦੇ, ਇਹ ਵਾਹਿਗੁਰੂ ਜੀ ਹੋ, ਪ੍ਰਭੂ ਜੀ ਹੋ, ਅਸਲ ਵਿੱਚ ਉਹ ਮਨੁੱਖ ਹੀ ਸਿਆਣੇ ਹਨ, ਦਾਣੇ ਹਨ, ਮੇਰੇ ਉੱਤੇ ਵੀ ਕਿਰਪਾ ਕਰ, ਬਖਸ਼ਿਸ਼ ਕਰ, ਤਾਂ ਕਿ ਮੈਂ ਵੀ ਉਹਨਾਂ ਵੀ ਕੋਈ ਅੰਤਰ ਨਾ ਸਮਝ ਸਕਾਂ। ਇਸ ਆਸਾ ਰਾਗ ਦੇ ਦੂਜੇ ਸ਼ਬਦ ਦਾ ਸੰਖੇਪ ਵਿੱਚ ਭਾਵ ਅਰਥ ਸੀ, ਜਿਸ ਵਿੱਚ ਭਗਤ ਰਵਿਦਾਸ ਜੀ ਅਜਿਹੇ ਸ੍ਰੇਸ਼ਟ ਪੁਰਖਾਂ ਦੀ ਜਿੱਥੇ ਮਹਿਮਾ ਦਾ ਗੁਣਗਾਨ ਕਰਦਿਆਂ ਹੋਏ ਹਾਂ ਇਹ ਪੱਖ ਸਾਡੇ ਸਾਹਮਣੇ ਰੱਖ ਰਹੇ ਹਨ। ਨਾਲ ਨਾਲ ਜਿਹੜੇ ਐਸੇ ਮਨੁੱਖ ਹਨ ਜੋ ਭੇਖੀ ਹਨ, ਢੋਂਗੀ ਹਨ, ਇਨਸਾਨੀਅਤ ਦੇ ਨਾਂ ਦੇ ਕਲੰਕ ਹਨ, ਉਹਨਾਂ ਤੋਂ ਗੁਰੇਜ਼ ਕਰਨ, ਪਰਹੇਜ਼ ਕਰਨ ਦੀ ਪ੍ਰੇਰਨਾ ਦੇ ਰਹੇ ਹਨ। ਸਾਡੇ 'ਤੇ ਮਾਲਕ ਰਹਿਮਤ ਕਰਨ, ਬਖਸ਼ਿਸ਼ ਕਰਨ ਕਿ ਅਸੀਂ ਸਾਰੇ ਇਸ ਉਪਦੇਸ਼ ਨੂੰ ਅਸੀਂ ਅਮਲੀ ਰੂਪ ਵਿੱਚ ਅਪਣਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸੀ ਗਿਆਨੀ ਜਸਵੀਰ ਸਿੰਘ ਜੀ, ਜਿਨ੍ਹਾਂ ਨੇ ਭਗਤ ਰਵਿਦਾਸ ਜੀ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰਬਾਣੀ ਦੇ ਆਧਾਰ 'ਤੇ ਉਹਨਾਂ ਨੇ ਸਾਨੂੰ ਸਾਰਾ ਕੁਛ ਦੱਸਿਆ ਹੈ। ਕਈ ਵਾਰੀ ਅਸੀਂ ਗੁਰਬਾਣੀ ਪੜ੍ਹ ਤਾਂ ਲੈਂਦੇ ਹਾਂ, ਪਰ ਜਿੰਨੀ ਦੇਰ ਸਾਨੂੰ ਉਸਦੀ ਵਿਆਖਿਆ ਜਾਂ ਪੂਰੀ ਸਮਝ ਨਹੀਂ ਆਉਂਦੀ, ਤਾਂ ਗੁਰਬਾਣੀ 'ਤੇ ਚੱਲਣਾ ਵੀ ਸਾਡੇ ਵਾਸਤੇ ਮੁਸ਼ਕਲ ਹੋ ਜਾਂਦਾ ਹੈ। ਮੈਂ ਆਸ ਕਰਦੀ ਹਾਂ ਕਿ ਇਹਨਾਂ ਨੂੰ ਸੁਣ ਕੇ ਸਾਡੇ ਜੀਵਨ ਦੇ ਵਿੱਚ ਵੀ ਕੁਛ ਸੁਧਾਰ ਬਣੇ। ਜੇ ਤੁਸੀਂ ਵੀ ਕਿਸੇ ਵਿਸ਼ੇ 'ਤੇ ਜਾਣਕਾਰੀ ਪਾਉਣਾ ਚਾਹੁੰਦੇ ਹੋ
ਅਤੇ ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ 604-825-9295। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।